ਸ਼ਹਾਦਤਾਂ ਦਾ ਇੱਕ ਸੁਨਹਿਰੀ ਇਤਿਹਾਸ ਹੈ ਸਿੱਖ ਕੌਮ ਦਾ। ਔਰੰਗਜ਼ੇਬ ਵੇਲੇ ਵੀ ਬੜਾ ਜਬਰ ਅਤੇ ਜ਼ੁਲਮ ਹੋਇਆ ਅਤੇ ਆਪਾਂ ਕੁਛ ਦਿਨ ਪਹਿਲਾਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਵੱਡਿਆਂ ਦਾ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਹਾਂ। ਉਸ ਸ਼ਹਾਦਤ ਤੋਂ ਅਗਲੇ ਦਿਨ ਅਜੀਤ ਅਖਬਾਰ ਦੇ ਅੱਧੇ ਪੇਜ 'ਤੇ ਸਿੰਘਾਂ ਦੀ ਫੋਟੋ ਅਤੇ ਗੁਰੂ ਸਾਹਿਬ ਦੇ ਬਚਨ ਸੀ, ਚਾਰ ਮੋਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ। ਉਸ ਚੀਜ਼ ਨੂੰ ਵੇਖ ਕੇ ਮਨ ਨੂੰ ਬੜਾ ਸਕੂਨ ਹੋਇਆ ਕਿ ਜਬਰ ਅਤੇ ਜ਼ੁਲਮ ਕਰਨ ਵਾਲੇ ਖਤਮ ਹੋ ਗਏ ਪਰ ਗੁਰੂ ਸਾਹਿਬ ਦੇ ਪਰਿਵਾਰ ਨੂੰ ਸਰੀਰਕ ਤੌਰ 'ਤੇ ਖਤਮ ਕਰਨ ਵਾਲੇ ਇਹ ਸੋਚਦੇ ਹੋਣਗੇ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਸ਼ੁਰੂ ਹੋਈ ਬਾਬਰ ਤੋਂ ਜਾਬਰ ਵਾਲੀ ਗੱਲ ਨੂੰ ਖਤਮ ਕਰ ਦਿਆਂਗੇ। ਪਰ ਜੋ ਗੁਰੂ ਸਾਹਿਬ ਬਚਨ ਕਰਕੇ ਗਏ ਅੱਜ ਉਹ 100 ਸਾਲਾਂ ਬਾਅਦ ਲੰਮੀ ਕਹਾਣੀ ਤੋਂ ਬਾਅਦ ਵੀ ਅੱਜ ਉਹ ਜਿਉਂਦੇ ਜਾਗਦੇ ਨੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਸਾਡੀਆਂ ਮਹਾਨ ਸਿੱਖਿਅਤਾਂ ਨੂੰ ਸ਼ਹੀਦ ਕੀਤਾ ਹੈ ਉਹਨਾਂ ਦੀ ਇਹ ਮਨਸ਼ਾ ਸੀ ਕਿ ਜਿਹੜਾ ਖਾਲਸਾ ਰਾਜ ਦਾ ਸੰਕਲਪ ਹੈ, ਖਾਲਸਾ ਰਾਜ ਵਾਲੀ ਗੱਲ ਹੈ, ਉਹ ਸਿੱਖ ਕੌਮ ਦੇ ਮੂੰਹ 'ਚੋਂ ਅਸੀਂ ਖੋਹ ਲਈਏ। ਪਰ ਸਾਡੇ ਸਤਿਕਾਰਯੋਗ ਪ੍ਰੋਫੈਸਰ ਮਹਿੰਦਰਪਾਲ ਸਿੰਘ ਬੈਠੇ, ਉਹਨਾਂ ਨੇ ਇੱਕ ਸਪੀਚ 'ਚ ਕਿਹਾ ਕਿ ਜਿੰਨਾ ਚਿਰ ਇਸ ਦੁਨੀਆ 'ਤੇ ਇੱਕ ਵੀ ਸਿੱਖ ਜਿਉਂਦਾ ਹੈ, ਗਰਜਾ ਸਿੰਘ ਮੋਤਾ ਸਿੰਘ ਵਾਂਗ ਖਾਲਸਾ ਰਾਜ ਦੀ ਗੱਲ ਚੱਲਦੀ ਰਹੇਗੀ। ਜਦੋਂ ਸਿਗਰਟ ਦਾ ਧੂੰਆਂ ਉਹਦੇ ਮੂੰਹ 'ਤੇ ਮਾਰਿਆ ਜਥੇਦਾਰ ਸਾਹਿਬ ਦੇ, ਅਤੇ ਉਹਨਾਂ ਨੇ ਅੰਦਰ ਜਿਹੜਾ ਸਿਪਾਹੀ ਸੀ ਉਹ ਜਾਗਿਆ ਅਤੇ ਉਹਨਾਂ ਨੇ ਉਹਦੇ ਮੂੰਹ 'ਤੇ ਲਫੇੜਾ ਮਾਰਿਆ। ਪਰ ਜਦੋਂ ਉਹਨਾਂ ਦੇ ਸਰੀਰ ਨੂੰ ਉਹ ਕੋਹ ਰਹੇ ਸਨ ਤੇ ਜਥੇਦਾਰ ਸਾਹਿਬ ਨੇ ਸਿਰਫ ਬਾਣੀ ਦਾ ਜਾਪ ਕੀਤਾ, ਸੀ ਵੀ ਨਹੀਂ ਕੀਤੀ। ਚਾਹੇ ਉਹ ਬਾਦਲ ਨਾਲ ਦਾ ਪ੍ਰਧਾਨ ਸੁਖਬੀਰ ਹੈ, ਚਾਹੇ ਰਾਜਾ ਵੜਿੰਗ ਹੈ, ਚਾਹੇ ਸੁਨੀਲ ਜਾਖੜ ਹੈ, ਚਾਹੇ ਹੋਰ ਪਾਰਟੀਆਂ ਦੇ ਪ੍ਰਧਾਨ ਨੇ, ਅਸੀਂ ਉਹਨਾਂ ਤੋਂ ਸਵਾਲ ਪੁੱਛਦੇ ਹਾਂ ਕਿ ਤੁਸੀਂ ਨਿੱਕੀ ਜਿਹੀ ਗੱਲ ਨੂੰ ਲੈ ਕੇ ਬੜਾ ਵੱਡਾ ਗੁਨਾਹ ਕਰਦੇ ਹੋ, ਪਰ ਸਾਡੇ ਜਥੇਦਾਰ ਦੀ ਹੋਈ ਸ਼ਹਾਦਤ ਇਸ ਪੰਜਾਬ ਵਿੱਚ, ਉਸ ਵੇਲੇ ਵੀ ਲੋਕਤੰਤਰ ਸਰਕਾਰ ਸੀ, ਉਸ ਗੱਲ ਦਾ ਤੁਹਾਨੂੰ ਜਵਾਬ ਦੇਣਾ ਚਾਹੀਦਾ। ਹਰੇਕ ਚੈਨਲ 'ਤੇ ਨਿੱਕੀ ਜਿਹੀ ਗੱਲ ਹੋਵੇ ਉਹਨੂੰ ਤੁਸੀਂ ਹਜ਼ਾਰਾਂ ਵਾਰ ਚਲਾਉਂਦੇ ਹੋ, ਪਰ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਚੈਨਲ ਵਾਲਿਓ ਤੁਸੀਂ ਜਾ ਕੇ ਉਹਨਾਂ ਲੀਡਰਾਂ ਨੂੰ ਕਿਉਂ ਨਹੀਂ ਪੁੱਛਦੇ? ਪੁੱਛੋ ਜਾ ਕੇ ਰਮਨੀਤ ਮਿੱਟੂ ਨੂੰ ਕਿ ਉਹਦਾ ਕੀ ਵਿਊ ਹੈ, ਸੁਖਬੀਰ ਨੂੰ ਪੁੱਛੋ, ਰਾਜੇ ਵੜਿੰਗ ਨੂੰ ਪੁੱਛੋ, ਸੁਨੀਲ ਜਾਖੜ ਨੂੰ ਪੁੱਛੋ। ਜੁਗੋ ਜੁਗ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਮਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੀ ਯਾਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹਾਦਤਾਂ ਦਾ ਇੱਕ ਸੁਨਹਿਰੀ ਇਤਿਹਾਸ ਹੈ ਸਿੱਖ ਕੌਮ ਦਾ। ਔਰੰਗਜ਼ੇਬ ਵੇਲੇ ਵੀ ਬੜਾ ਜਬਰ ਅਤੇ ਜ਼ੁਲਮ ਹੋਇਆ ਅਤੇ ਆਪਾਂ ਕੁਛ ਦਿਨ ਪਹਿਲਾਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਵੱਡਿਆਂ ਦਾ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਹਾਂ। ਉਸ ਸ਼ਹਾਦਤ ਤੋਂ ਅਗਲੇ ਦਿਨ ਅਜੀਤ ਅਖਬਾਰ ਦੇ ਅੱਧੇ ਪੇਜ 'ਤੇ ਸਿੰਘਾਂ ਦੀ ਫੋਟੋ ਅਤੇ ਗੁਰੂ ਸਾਹਿਬ ਦੇ ਬਚਨ ਸੀ, ਚਾਰ ਮੋਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ। ਉਸ ਚੀਜ਼ ਨੂੰ ਵੇਖ ਕੇ ਮਨ ਨੂੰ ਬੜਾ ਸਕੂਨ ਹੋਇਆ ਕਿ ਜਬਰ ਅਤੇ ਜ਼ੁਲਮ ਕਰਨ ਵਾਲੇ ਖਤਮ ਹੋ ਗਏ ਪਰ ਗੁਰੂ ਸਾਹਿਬ ਦੇ ਪਰਿਵਾਰ ਨੂੰ ਸਰੀਰਕ ਤੌਰ 'ਤੇ ਖਤਮ ਕਰਨ ਵਾਲੇ ਇਹ ਸੋਚਦੇ ਹੋਣਗੇ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਸ਼ੁਰੂ ਹੋਈ ਬਾਬਰ ਤੋਂ ਜਾਬਰ ਵਾਲੀ ਗੱਲ ਨੂੰ ਖਤਮ ਕਰ ਦਿਆਂਗੇ। ਪਰ ਜੋ ਗੁਰੂ ਸਾਹਿਬ ਬਚਨ ਕਰਕੇ ਗਏ ਅੱਜ ਉਹ 100 ਸਾਲਾਂ ਬਾਅਦ ਲੰਮੀ ਕਹਾਣੀ ਤੋਂ ਬਾਅਦ ਵੀ ਅੱਜ ਉਹ ਜਿਉਂਦੇ ਜਾਗਦੇ ਨੇ। ਸੋ ਉਹ ਜ਼ੁਲਮ ਸੀ ਜਿਹੜਾ ਹਿਟਲਰ ਸ਼ਾਹੀ ਵਾਲਾ ਸੀ, ਪਰ ਅੱਜ ਜਿਹੜਾ ਇਹ ਜ਼ੁਲਮ ਹੈ, ਜਿਹੜੀਆਂ ਸਾਡੀ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ ਦੀਆਂ ਸ਼ਹਾਦਤਾਂ ਹੋਈਆਂ, ਉਹ ਡੈਮੋਕ੍ਰੇਸੀ, ਜਦੋਂ ਭਾਰਤ ਕਹਿੰਦਾ ਕਿ ਅਸੀਂ ਇੱਕ ਵੱਡਾ ਲੋਕਤੰਤਰ ਦੇਸ਼ ਆ, ਉਹਦੇ ਵਿੱਚ ਹੋ ਰਹੀਆਂ ਨੇ, ਇਹਨਾਂ ਦੋਵਾਂ ਗੱਲਾਂ ਵਿੱਚ ਫਰਕ ਆ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਸਾਡੀਆਂ ਮਹਾਨ ਸ਼ਖਸੀਅਤਾਂ ਨੂੰ ਸ਼ਹੀਦ ਕੀਤਾ ਹੈ, ਉਹਨਾਂ ਦੀ ਇਹ ਮਨਸ਼ਾ ਸੀ ਕਿ ਜਿਹੜਾ ਖਾਲਸਾ ਰਾਜ ਦਾ ਸੰਕਲਪ ਹੈ, ਖਾਲਸਾ ਰਾਜ ਵਾਲੀ ਗੱਲ ਹੈ, ਉਹ ਸਿੱਖ ਕੌਮ ਦੇ ਮੂੰਹ 'ਚੋਂ ਅਸੀਂ ਖੋਹ ਲਈਏ। ਪਰ ਸਾਡੇ ਸਤਿਕਾਰਯੋਗ ਪ੍ਰੋਫੈਸਰ ਮਹਿੰਦਰਪਾਲ ਸਿੰਘ ਬੈਠੇ, ਉਹਨਾਂ ਨੇ ਇੱਕ ਸਪੀਚ 'ਚ ਕਿਹਾ ਕਿ ਜਿੰਨਾ ਚਿਰ ਇਸ ਦੁਨੀਆ 'ਤੇ ਇੱਕ ਵੀ ਸਿੱਖ ਜਿਉਂਦਾ ਹੈ, ਗਰਜਾ ਸਿੰਘ ਮੋਤਾ ਸਿੰਘ ਵਾਂਗ ਖਾਲਸਾ ਰਾਜ ਦੀ ਗੱਲ ਚੱਲਦੀ ਰਹੇਗੀ। ਅਖਬਾਰਾਂ ਵਿੱਚ, ਰਸਾਲਿਆਂ ਵਿੱਚ, ਚੈਨਲਾਂ 'ਤੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਦੀ ਕਹਾਣੀ ਚੱਲ ਰਹੀ ਹੈ, ਉਹਦੇ ਤੋਂ ਸਾਨੂੰ ਉਹਨਾਂ ਦੇ ਸਿਰੜ ਦੀ
ਉਹਨਾਂ ਦੀ ਸੰਤ ਤੇ ਸਿਪਾਹੀ ਵਾਲੀ ਬਿਰਤੀ ਦੀ ਦੋਨੇ ਹੀ ਗੱਲਾਂ ਉਹਨਾਂ ਦੇ ਵਿੱਚ ਸਨ। ਜਦੋਂ ਸਿਗਰਟ ਦਾ ਧੂੰਆਂ ਉਹਦੇ ਮੂੰਹ ਤੇ ਮਾਰਿਆ ਜਥੇਦਾਰ ਸਾਹਿਬ ਦੇ, ਤੇ ਉਹਨਾਂ ਨੇ ਅੰਦਰ ਜਿਹੜਾ ਸਿਪਾਹੀ ਸੀ ਉਹ ਜਾਗਿਆ ਤੇ ਉਹਨਾਂ ਨੇ ਉਹਦੇ ਮੂੰਹ ਤੇ ਲਫੇੜਾ ਮਾਰਿਆ। ਪਰ ਜਦੋਂ ਉਹਨਾਂ ਦੇ ਸਰੀਰ ਨੂੰ ਉਹ ਕੋਹ ਰਹੇ ਸਨ ਤੇ ਜਥੇਦਾਰ ਸਾਹਿਬ ਨੇ ਸਿਰਫ ਬਾਣੀ ਦਾ ਜਾਪ ਕੀਤਾ, ਸੀ ਵੀ ਨਹੀਂ ਕੀਤੀ। ਜਿਸ ਤਰ੍ਹਾਂ ਮਤੀ ਦਾਸ ਤੇ ਹੋਰ ਸਾਡੇ ਪੁਰਾਤਨ ਸਿੰਘਾਂ ਨੇ ਜਬਰ ਦਾ ਮੁਕਾਬਲਾ ਕੀਤਾ ਸੀ, ਉਸੇ ਤਰ੍ਹਾਂ ਭਾਈ ਸਾਹਿਬ ਨੇ ਕੀਤਾ। ਸੋ ਸਾਨੂੰ ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਤੇ ਇੱਕ ਲਾਸਟ ਵਾਲੀ ਗੱਲ ਮੈਂ ਇਹ ਕਰਨਾ ਚਾਹੁੰਦਾ, ਡੈਮੋਕ੍ਰੇਸੀ ਦੇ ਪਹਿਰੇਦਾਰਾਂ ਨੂੰ, ਉਹ ਸਾਡੇ ਪੰਜਾਬ ਵਿੱਚ ਵਿਚਰ ਰਹੀਆਂ ਸਾਰੀਆਂ ਹੀ ਪਾਰਟੀਆਂ ਦੇ ਪ੍ਰਧਾਨ ਨੇ, ਚਾਹੇ ਉਹ ਬਾਦਲ ਦਲ ਦਾ ਪ੍ਰਧਾਨ ਸੁਖਬੀਰ ਹੈ, ਚਾਹੇ ਰਾਜਾ ਵੜਿੰਗਾ, ਚਾਹੇ ਸੁਨੀਲ ਜਾਖੜ ਹੈ, ਚਾਹੇ ਹੋਰ ਪਾਰਟੀਆਂ ਦੇ ਪ੍ਰਧਾਨ ਨੇ, ਅਸੀਂ ਉਹਨਾਂ ਤੋਂ ਸਵਾਲ ਪੁੱਛਦੇ ਹਾਂ ਕਿ ਤੁਸੀਂ ਨਿੱਕੀ ਜੀ ਗੱਲ ਨੂੰ ਲੈ ਕੇ ਬੜਾ ਵੱਡਾ ਕੜਾਹ ਕਰਦੇ ਹੋ, ਪਰ ਸਾਡੇ ਜਥੇਦਾਰ ਦੀ ਹੋਈ ਸ਼ਹਾਦਤ ਇਸ ਪੰਜਾਬ ਵਿੱਚ, ਉਸ ਵੇਲੇ ਵੀ ਲੋਕਤੰਤਰ ਸਰਕਾਰ ਸੀ, ਉਸ ਗੱਲ ਦਾ ਤੁਹਾਨੂੰ ਜਵਾਬ ਦੇਣਾ ਚਾਹੀਦਾ। ਹਰੇਕ ਚੈਨਲ ਤੇ ਨਿੱਕੀ ਜੀ ਗੱਲ ਹੋਵੇ ਉਹਨੂੰ ਤੁਸੀਂ ਹਜ਼ਾਰਾਂ ਵਾਰ ਚਲਾਉਂਦੇ ਹੋ, ਪਰ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਚੈਨਲ ਵਾਲਿਓ ਤੁਸੀਂ ਜਾ ਕੇ ਉਹਨਾਂ ਲੀਡਰਾਂ ਨੂੰ ਕਿਉਂ ਨਹੀਂ ਪੁੱਛਦੇ? ਪੁੱਛੋ ਜਾ ਕੇ ਰਵਨੀਤ ਬਿੱਟੂ ਨੂੰ ਕਿ ਉਹਦਾ ਕੀ ਵਿਊ ਹੈ, ਸੁਖਬੀਰ ਨੂੰ ਪੁੱਛੋ, ਰਾਜੇ ਵੜਿੰਗ ਨੂੰ ਪੁੱਛੋ, ਸੁਨੀਲ ਜਾਖੜ ਨੂੰ ਪੁੱਛੋ ਕਿ ਭਾਈ ਇਹ ਲੋਕਤੰਤਰ ਦੇ ਵਿੱਚ ਸਾਡਾ ਕਾਲ ਤਖਤ ਦਾ ਜਥੇਦਾਰ ਸਿੱਖ ਕੌਮ ਲਈ ਸੁਪਰੀਮ ਸ਼ਖਸੀਅਤ ਹੁੰਦੀ ਹੈ ਕਿ ਤੁਸੀਂ ਸ਼ਹੀਦ ਕਰ ਦਿੱਤਾ, ਇਹਦੇ ਬਾਰੇ ਤੁਹਾਡਾ ਨਜ਼ਰੀਆ ਕੀ ਹੈ? ਜਿੰਨੇ ਉਹ ਫੇਸਬੁੱਕੀ ਵਿਦਵਾਨ ਨੇ, ਚਾਹੇ ਰਵਨੀਤ ਬਿੱਟੂ ਹੈ, ਚਾਹੇ ਲੁਧਿਆਣੇ ਵਾਲਾ ਮੰਡ ਹੈ, ਚਾਹੇ ਉਹ ਬਿੱਟਾ ਹੈ, ਉਹਨਾਂ ਦਾ ਰਿਵਿਊ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੀ ਕੌਮ ਦੇ ਕਾਤਲਾਂ ਪ੍ਰਤੀ ਇਹ ਕੀ ਸੋਚਦੇ ਨੇ। ਸੋ ਜਥੇਦਾਰ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਔਰ ਇਸ ਮਾਲਵੇ ਦੇ ਇਲਾਕੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸ਼ਹਾਦਤ ਤੋਂ ਬਾਅਦ ਜਿਵੇਂ ਸੰਤਾਂ ਕੋਲ ਲੋਕ ਆਪਦੇ ਸਮਾਜਿਕ ਤੇ ਨਿੱਜੀ ਕੰਮਾਂ ਲਈ ਜਾਣ ਲੱਗੇ ਸੀ, ਪੁਲਿਸ ਦੇ ਦਫ਼ਤਰ, ਕੋਰਟ ਤੇ ਕਚਹਿਰੀਆਂ ਐਕਸਪਾਇਰ ਹੋਣ ਲੱਗੇ ਸੀ, ਇਸ ਮਾਲਵੇ ਵਿੱਚ ਵੀ ਜਥੇਦਾਰ ਕੋਲ ਉਹਨਾਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ। ਪਰ ਅਸੀਂ ਜਿੰਨੀ ਇਹ ਪੰਥਕ ਕਰੀਮ ਇੱਧਰ ਬੈਠੀ ਹੈ, ਇਹਨਾਂ ਦੇ ਅਸੀਂ ਧੰਨਵਾਦੀ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ, ਜਿਨ੍ਹਾਂ ਨੇ ਵੱਡੇ ਦੁੱਖ ਝੱਲ ਕੇ ਵੀ ਜਿਹੜੀ ਪੰਥਕ ਮੂਵਮੈਂਟ ਵਾਲੀ ਗੱਲ ਸੀ, ਖਾਲਸਾ ਰਾਜ ਵਾਲੀ ਗੱਲ ਸੀ, ਉਸ ਨੂੰ ਖਤਮ ਨਹੀਂ ਹੋਣ ਦਿੱਤਾ। ਤੇ ਅੱਜ ਵੇਖੋ ਜਿਹੜੇ ਸ਼ਹੀਦ ਕਰਨ ਵਾਲੇ ਸੀ ਤੇ ਸ਼ਹੀਦਾਂ ਦੀ ਪੁਸ਼ਤ ਬਣਾਈ, ਜਿਹੜੇ ਜਥੇਦਾਰ ਨੂੰ ਸ਼ਹੀਦ ਕਰਨ ਵਾਲੇ ਦੀ ਪੁਸ਼ਤ ਬਣਾਈ ਕਰਦੇ ਰਹੇ, ਉਸ ਗੱਲ ਨੂੰ ਦੱਬ ਕੇ ਰੱਖੇ ਰਿਹਾ। ਅੱਜ ਭਾਵੇਂ ਉਹ ਬੈਠੇ ਹੋਣਗੇ ਇਹਨਾਂ ਪੰਥਕ ਪ੍ਰੋਗਰਾਮਾਂ 'ਚ, ਪਰ ਉਹਨਾਂ ਦੀ ਸਿਰ ਗੋਡਿਆਂ ਵਿੱਚ ਹੋਏਗਾ, ਉਹਨਾਂ ਦੀ ਆਵਾਜ਼ ਤੇ ਅੱਖ ਨੀਵੀਂ ਹੋਏਗੀ, ਪਰ ਇਹ ਪੰਥਕ ਮੂਵਮੈਂਟ ਸਾਰੀ ਚੜ੍ਹਦੀ ਕਲਾ ਵਿੱਚ ਬੈਠੀ ਹੈ। ਸੋ ਅਸੀਂ ਸਲੂਟ ਕਰਦੇ ਹਾਂ ਉਸ ਜਥੇਦਾਰ ਦੀ ਸ਼ਹਾਦਤ ਨੂੰ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦੇ ਕੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਾਂਗੇ। ਭੁੱਲ ਚੁੱਕ ਲਈ ਖਿਮਾ, ਪ੍ਰਬੰਧਕਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।